that ki idhar bhi live ho jiye, and yes we are live on Facebook too. So Facebook, Instagram. So sat sri akal ji saryan nu, saryan nu pyar bhari sat sri akal. Aur sab to pehla maafi mangde hain ki late ho gaye, 7:30 da time si aur 9:15 te aa rahe hain, live ho rahe hain aur show te sige aur late ho gaye aande aande te time ਥੋੜ੍ਹਾ ਜਿਹਾ ਲੇਟ ਹੋ ਗਿਆ. ਉਹਦੇ ਲਈ ਦੋਨਾਂ ਤੋਂ, ਫੇਸਬੁੱਕ ਫੈਮਲੀ ਐਂਡ ਇੰਸਟਾਗ੍ਰਾਮ ਫੈਮਲੀ ਦੋਨਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ. ਔਰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ. ਐਂਡ ਸੋ ਸੱਜਣ ਸਿੰਘ ਰੰਗਰੂਟ, ਸਾਰਿਆਂ ਨੂੰ ਜਿਵੇਂ ਪਤਾ ਹੈ ਕਿ ਕੱਲ੍ਹ ਨੂੰ ਟ੍ਰੇਲਰ ਆ ਰਿਹਾ ਸੱਜਣ ਸਿੰਘ ਰੰਗਰੂਟ ਦਾ, ਜਾਣੀ ਕੱਲ੍ਹ ਨੂੰ, ਜਾਣੀ ਕਿ 6 ਤਰੀਕ ਨੂੰ ਸਵੇਰੇ 10 ਵਜੇ. ਸਾਰਿਆਂ ਨੇ ਪੋਸਟ ਦੇਖੀ ਹੋਈ ਹੈ, ਸਭ ਨੂੰ ਪਤਾ ਹੈ ਟ੍ਰੇਲਰ ਬਾਰੇ ਕਿ ਕੱਲ੍ਹ ਨੂੰ ਟ੍ਰੇਲਰ ਆ ਰਿਹਾ. ਸੋ ਸੱਜਣ ਸਿੰਘ ਰੰਗਰੂਟ ਜਾਣੀ ਕਿ ਦਲਜੀਤ ਜੀ, ਸੋ ਫਸਟ ਆਫ ਆਲ ਉਹਨਾਂ ਤੋਂ ਗੱਲ ਸ਼ੁਰੂ ਕਰਦੇ ਹਾਂ. ਸੋ ਅੱਛਾ, ਇੰਨਾ ਤਾਂ ਤੁਹਾਨੂੰ ਸਭ ਨੂੰ ਨਾਲੇ ਪਤਾ ਲੱਗ ਵੀ ਗਿਆ ਸੱਜਣ ਸਿੰਘ ਰੰਗਰੂਟ ਤੋਂ ਕਿ ਉਹਨਾਂ ਦਾ ਨਾਮ ਤਾਂ ਸੱਜਣ ਸਿੰਘ ਰੰਗਰੂਟ ਆ, ਔਰ ਮੇਰਾ ਨਾਮ ਕੀ ਹੋਊਗਾ ਮੂਵੀ ਦੇ ਵਿੱਚ ਇਹ ਤੁਹਾਨੂੰ ਕੱਲ੍ਹ ਨੂੰ ਪਤਾ ਲੱਗੂਗਾ ਟ੍ਰੇਲਰ ਦੇ ਵਿੱਚ. ਅਤੇ ਤੁਸੀਂ ਸਾਰਿਆਂ ਨੇ ਕੱਲ੍ਹ ਨੂੰ ਟ੍ਰੇਲਰ ਦੇਖ ਕੇ, ਤੁਸੀਂ ਸਾਰਿਆਂ ਨੇ ਮੇਰਾ ਨਾਮ ਜਿਹੜਾ ਆ ਮੈਨੂੰ ਕਮੈਂਟਸ ਵਿੱਚ ਦੱਸਣਾ ਹੈ. ਐਂਡ ਲਾਈਕ ਮੈਂ ਬਹੁਤ ਐਕਸਾਈਟਡ ਹਾਂ ਇਸ ਚੀਜ਼ ਲਈ ਕਿ ਕਿਉਂਕਿ ਮੈਨੂੰ ਮੇਰਾ ਨਾਮ ਬਹੁਤ ਪਸੰਦ ਆ ਔਰ ਕਰੈਕਟਰ ਬਹੁਤ ਪਸੰਦ ਆ. ਸੋ ਉਹ ਮੈਂ ਤੁਹਾਡੇ ਮੂੰਹੋਂ ਸੁਣਨਾ ਸਾਰਿਆਂ ਦੇ, ਅਤੇ ਤੁਸੀਂ ਸਾਰਿਆਂ ਨੇ ਕੱਲ੍ਹ ਨੂੰ ਮੈਨੂੰ ਜ਼ਰੂਰ ਟ੍ਰੇਲਰ ਦੇਖ ਕੇ ਦੱਸਣਾ. ਸੋ ਸੱਜਣ ਸਿੰਘ ਰੰਗਰੂਟ ਮੂਵੀ ਜਿਹਦੀ ਬੜੀ ਦੇਰ ਤੋਂ ਸਾਰਿਆਂ ਨੂੰ ਵੇਟ ਸੀ, ਬੜੀ ਦੇਰ ਤੋਂ ਸਾਰੇ ਜਣੇ ਵੇਟ ਕਰ ਰਹੇ ਸੀ, ਅਸੀਂ ਵੇਟ ਕਰ ਰਹੇ ਸੀ, ਤੁਸੀਂ ਸਾਰੇ ਵੀ ਵੇਟ ਕਰ ਰਹੇ ਸੀ. ਔਰ ਉਹਦਾ ਫਾਈਨਲੀ ਕੱਲ੍ਹ ਨੂੰ ਟ੍ਰੇਲਰ ਦੀ ਡੇਟ ਜਿਹੜੀ ਆ ਅਨਾਊਂਸ ਹੋਈ, ਅਤੇ ਫਾਈਨਲੀ ਹੁਣ ਬਹੁਤ ਜ਼ਿਆਦਾ ਐਕਸਾਈਟਡ ਆ, ਸਾਰੇ ਬਹੁਤ ਐਕਸਾਈਟਡ ਆ. ਅਤੇ ਜਿੱਥੋਂ ਮੂਵੀ ਦੀ ਗੱਲ ਸ਼ੁਰੂ ਹੁੰਦੀ ਆ ਸਟੋਰੀ ਤੋਂ, ਗੁਰਪ੍ਰੀਤ ਭਾਅ ਜੀ ਜਿਨ੍ਹਾਂ ਨੇ ਮੂਵੀ ਨੂੰ ਲਿਖਿਆ, ਬਾ ਕਮਾਲ ਲਿਖਿਆ, ਔਰ ਉਹਨਾਂ ਨੇ ਲਿਖਿਆ ਤਾਂ ਇਹ ਮੂਵੀ ਦਾ ਕੋਨਸੈਪਟ ਸ਼ੁਰੂ ਹੋਇਆ, ਤਾਂ ਇਸ ਮੂਵੀ 'ਚ ਸਾਡੇ ਵਰਗਿਆਂ ਦਾ, ਸਾਰਿਆਂ ਦਾ ਹਿੱਸਾ ਪਿਆ. ਔਰ ਡਾਇਰੈਕਟ ਕੀਤਾ ਮੂਵੀ ਨੂੰ ਪੰਕਜ ਬਤਰਾ ਭਾਅ ਜੀ ਨੇ, ਜਿਨ੍ਹਾਂ ਬਾਰੇ ਮੈਂ ਜਿੰਨਾ ਕਹਾਂ ਉਨਾ ਹੀ ਥੋੜ੍ਹਾ, ਕਿਉਂਕਿ ਉਹਨਾਂ ਦਾ ਤਜਰਬਾ, ਉਹਨਾਂ ਦਾ ਕੰਮ ਕਰਾਉਣ ਦਾ ਸਲੀਕਾ ਤਰੀਕਾ, ਹਰ ਇੱਕ ਪੱਖ ਜਿੰਨਾ ਵੀ ਬੋਲਿਆ ਜਾਵੇ, ਹਰ ਇੱਕ ਚੀਜ਼ ਘੱਟ ਆ ਉਹਨਾਂ ਦੇ ਲਈ, ਸਾਰੇ ਵਰਡਸ ਘੱਟ ਪੈ ਜਾਂਦੇ ਆ. ਸੋ ਮੇਰੇ ਤੋਂ ਜਿਸ ਤਰੀਕੇ ਨਾਲ ਕੰਮ ਕਰਾਇਆ, ਕਿਉਂਕਿ ਮੇਰੀ ਡੈਬਿਊ ਮੂਵੀ ਸੀ, ਮੇਰੀ ਪਹਿਲੀ ਮੂਵੀ ਦੇ ਕਰਕੇ ਥੋੜ੍ਹਾ ਜਿਹਾ ਜਿੱਦਾਂ ਨਰਵਸਨੈਸ ਵੀ ਸੀ, ਥੋੜ੍ਹਾ ਡਰ ਵੀ ਸੀਗਾ ਕੈਮਰੇ ਨੂੰ ਫੇਸ ਕਰਨ ਦਾ. ਔਰ ਬੜੇ ਪਿਆਰ ਦੇ ਨਾਲ ਬੱਚਿਆਂ ਵਾਂਗੂ ਮੈਨੂੰ ਸਾਰੀ ਟੀਮ ਨੇ ਹੈਂਡਲ ਕਰਿਆ, ਮੈਂ ਛੋਟੀ ਵੀਰ ਸੀ ਨਾ ਸਾਰਿਆਂ ਤੋਂ, ਅਤੇ ਸਾਰਿਆਂ ਨੇ ਬੜਾ ਪਿਆਰ ਦਿੱਤਾ ਅਤੇ ਬੜੇ ਪਿਆਰ ਨਾਲ ਕੰਮ ਕਰਾਇਆ. ਸੋ ਸਾਰੀ ਟੀਮ ਦਾ, ਇਹ ਤਾਂ ਉਹ ਨਾਮ ਨੇ ਜਿਹੜੇ ਨਾਮ ਅਸੀਂ ਲੈ ਸਕਦੇ, ਜਿਨ੍ਹਾਂ ਬਾਰੇ ਆਪਾਂ ਸਭ ਨੂੰ ਪਤਾ, ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਮੂਵੀ 'ਚ ਤੁਹਾਨੂੰ ਦੇਖਣੇ ਨੇ, ਕਿੰਨੇ ਹੀ ਅਦਾਕਾਰ ਜਿੰਨੇ ਵੀ ਇਸ ਮੂਵੀ ਦੇ ਵਿੱਚ ਵੱਡੇ ਵੱਡੇ ਫਨਕਾਰ ਨੇ, ਜਿਨ੍ਹਾਂ ਦੀ ਤੁਸੀਂ ਪੋਸਟਾਂ ਵੀ ਦੇਖ ਰਹੇ ਹੋ ਸਾਰੇ ਜਣੇ ਜੋ ਵੀ ਸ਼ੇਅਰ ਹੋ ਰਿਹਾ, ਅਤੇ ਸਾਰਿਆਂ ਦਾ ਹੀ ਜੇ ਤੁਸੀਂ ਕੰਮ ਨੂੰ ਦੇਖਿਆ ਜਾਵੇ, ਹਰ ਚੀਜ਼ ਨੂੰ ਦੇਖਿਆ ਜਾਵੇ, ਸਾਰੇ ਇੱਕ ਪਹਿਲਾਂ ਤਾਂ ਉਹਨਾਂ ਦੇ ਕੰਮ ਦੀ ਤਾਰੀਫ ਹੀ ਤੁਸੀਂ ਕਰਨ ਜਾਓ, ਹਰ ਇੱਕ ਰੋਲ, ਹਰ ਇੱਕ ਕਰੈਕਟਰ ਇੰਨਾ ਇੰਪੋਰਟੈਂਟ ਹੈਗਾ ਮੂਵੀ ਦੇ ਵਿੱਚ. ਸੋ ਸਾਰਿਆਂ ਦਾ ਹੀ ਬਹੁਤ ਸਾਰਾ ਥੈਂਕਸ ਕਰਦੇ ਹਾਂ, ਔਰ ਤੁਹਾਡਾ ਸਾਰਿਆਂ ਦਾ ਮੈਂ ਥੈਂਕਸ ਕਰਦੀ ਹਾਂ ਕਿ ਤੁਸੀਂ ਮੈਨੂੰ ਇੱਥੋਂ ਤੱਕ ਪਹੁੰਚਾਇਆ, ਤੁਸੀਂ ਪਿਆਰ ਦਿੱਤਾ, ਤੁਸੀਂ ਪਿਆਰ ਗਾਣਿਆਂ ਨੂੰ ਇੰਨਾ ਪਿਆਰ ਦਿੱਤਾ ਕਿ ਇਸ ਮੂਵੀ ਦਾ ਹਿੱਸਾ ਮੈਂ ਬਣੀ. ਮੈਨੂੰ ਖੁਸ਼ੀ ਆ ਕਿ ਮੈਂ ਇਸ ਮੂਵੀ ਦਾ ਹਿੱਸਾ ਬਣੀ ਹਾਂ. ਸੱਜਣ ਸਿੰਘ ਰੰਗਰੂਟ, ਉਹ ਲੋਕ ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਹੁਤ ਕੁਛ ਕੀਤਾ ਸੀ, ਕਿਉਂਕਿ ਜਦੋਂ ਇਹ ਮੂਵੀ ਤੋਂ ਬਾਅਦ ਮੈਂ ਇਸ ਬਾਰੇ ਬਹੁਤ ਪੜ੍ਹਿਆ ਵੀ ਕਿ ਇਹ ਸੱਜਣ ਸਿੰਘ ਰੰਗਰੂਟ ਜੋ ਹੈ ਕੌਣ ਸੀ, ਕਿਵੇਂ ਸੀ, ਅਤੇ ਕਿਹੜੇ ਲੋਕ ਸੀ, ਉਹਨਾਂ ਨੇ ਕੀ ਕੁਛ ਕੀਤਾ ਸੀਗਾ. ਸੋ ਜਦੋਂ ਤੁਸੀਂ ਉਹ ਕੱਲ੍ਹ ਨੂੰ ਟ੍ਰੇਲਰ ਆ ਜਾਣਾ ਤੁਹਾਨੂੰ ਪਤਾ ਲੱਗ ਜਾਣਾ. ਸੋ ਹਾਂਜੀ ਹਾਂਜੀ, ਮੈਂ ਕਮੈਂਟਸ ਵੀ ਰੀਡ ਕਰਦੀ ਹਾਂ ਨਾਲ ਦੀ ਨਾਲ, ਅਤੇ ਜਦੋਂ ਕੱਲ੍ਹ ਨੂੰ ਟ੍ਰੇਲਰ ਆ ਜਾਣਾ ਤੁਸੀਂ ਸਾਰਿਆਂ ਨੂੰ, ਤੁਹਾਨੂੰ ਸਾਰਿਆਂ ਨੂੰ ਸਾਡੀ ਐਕਸਾਈਟਮੈਂਟ ਵੀ ਪਤਾ ਲੱਗ ਜਾਣੀ ਆ. ਮੈਂ ਜਦੋਂ ਟ੍ਰੇਲਰ ਦੇਖਿਆ ਸੀ ਤਾਂ ਉਸ ਤੋਂ ਬਾਅਦ, ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ, ਹੁਣ ਤੱਕ ਮੈਂ ਰੋਜ਼ ਇੱਕੋ ਹੀ ਗੱਲ ਕਰਦੀ ਹਾਂ ਕਿ ਸ਼ੁਕਰ ਆ ਪਰਮਾਤਮਾ ਦਾ ਕਿ
ਇਸ ਮੂਵੀ ਦਾ ਹਿੱਸਾ ਮੈਂ ਬਣੀ ਹਾਂ। ਸੋ ਸਾਰਿਆਂ ਦਾ ਹੀ ਬਹੁਤ ਸਾਰਾ ਥੈਂਕਸ ਕਰਦੇ ਹਾਂ, ਪੂਰੀ ਟੀਮ ਦਾ ਮੈਂ ਥੈਂਕਸ ਕਰਦੀ ਹਾਂ, ਜਿਨ੍ਹਾਂ ਨੇ ਵੀ ਕੰਮ ਕੀਤਾ, ਸਾਰਿਆਂ ਨੇ ਬਹੁਤ ਬਖੂਬੀ ਕੰਮ ਕੀਤਾ ਆਪਣਾ ਸਾਰਿਆਂ ਨੇ। ਸੋ ਸਾਰਿਆਂ ਦਾ ਬਹੁਤ ਸਾਰਾ ਥੈਂਕਸ। ਅਤੇ ਤੁਸੀਂ, ਤੁਹਾਨੂੰ ਪਤਾ ਕੱਲ੍ਹ ਨੂੰ ਤੁਸੀਂ ਟ੍ਰੇਲਰ ਦੇਖ ਕੇ ਮੈਨੂੰ ਜ਼ਰੂਰ ਦੱਸਣਾ ਕਿ ਮੈਂ ਜਿਹੜਾ ਆਪਣਾ ਨਾਮ ਆ ਤੁਹਾਡੇ ਕੋਲੋਂ ਸੁਣਨਾ, ਜਿੱਦਾਂ ਤੁਸੀਂ ਮੇਰੀ ਹਰ ਚੀਜ਼ ਬਾਰੇ ਬਹੁਤ ਬਹੁਤ ਐਫਰਟਸ ਕਰਦੇ ਹੁੰਦੇ ਹੋ, ਕੁਛ ਵੀ ਚੀਜ਼ ਹੁੰਦੀ ਆ ਤੁਸੀਂ ਪੋਸਟਰਸ ਬਣਾ ਕੇ ਭੇਜਦੇ ਹੋ, ਤੁਸੀਂ ਕਈ 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 ਐਫਰਟਸ ਕਰਦੇ ਹੋ। ਸੋ ਇਹ ਮੈਂ ਕੱਲ੍ਹ ਨੂੰ ਜਦੋਂ ਮੂਵੀ ਆ ਜੂਗੀ ਅਤੇ ਉਸ ਕਰੈਕਟਰ ਬਾਰੇ ਵੀ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗੀ, ਅਤੇ ਤੁਸੀਂ ਜ਼ਰੂਰ ਮੈਨੂੰ ਦੱਸਣਾ। ਅਤੇ ਗੱਲ ਕਰੀ ਜਾਵੇ ਦਲਜੀਤ ਜੀ ਦੀ, ਅਤੇ ਸਾਰਿਆਂ ਨੇ ਉਹਨਾਂ ਦੀ ਮਿਹਨਤ ਨੂੰ ਦੇਖਿਆ ਹੋਇਆ, ਸਾਰਿਆਂ ਨੇ ਉਹਨਾਂ ਦਾ ਕੰਮ ਦੇਖਿਆ ਹੋਇਆ। ਸੋ ਮੈਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਜਿੱਦਾਂ ਕੰਮ ਕਰ ਰਹੇ ਸੀ, ਮੈਂ ਫਸਟ ਟਾਈਮ ਮਿਲ ਰਹੀ ਸੀ ਜਦੋਂ ਅਸੀਂ ਕੰਮ ਕਰ ਰਹੇ ਸੀ, ਅਤੇ ਜਦੋਂ ਇੱਕ ਨੋਰਮਲ ਅਸੀਂ ਆਪਦੇ ਕਰੈਕਟਰ 'ਚ ਹੁੰਦੇ ਹਾਂ, ਅਸੀਂ ਆਪਣੇ ਆਪ 'ਚ ਹੁੰਦੇ ਹਾਂ, ਉਸ ਆਪਣੇ ਆਪ 'ਚੋਂ ਉਸ ਕਰੈਕਟਰ 'ਚ ਜਾਣ ਦਾ ਜਿਹੜਾ ਇੱਕ ਵੇ ਹੁੰਦਾ, ਜਿਹੜਾ ਇੱਕ ਇੱਕ ਸਮਾਂ ਹੁੰਦਾ, ਜਦੋਂ ਮੈਂ ਜਿਵੇਂ ਉਹਨਾਂ ਨੂੰ ਦੇਖਿਆ ਕਿ ਜਦੋਂ ਕੰਮ ਕਰਦੇ ਸੀ, ਜਦੋਂ ਆਪਦੇ ਕਰੈਕਟਰ 'ਚ ਸੀ, ਤਾਂ ਮੈਨੂੰ ਇਹ ਲੱਗਦਾ ਸੀ ਕਿ ਮੈਂ ਐਕਚੁਅਲੀ ਸੱਜਣ ਨਾਲ ਹੀ ਗੱਲ ਕਰ ਰਹੀ ਹਾਂ, ਜਾਂ ਐਕਚੁਅਲੀ ਸੱਜਣ ਨਾਲ ਹੀ ਕੰਮ ਹੋ ਰਿਹਾ, ਜਾਂ ਉਹਨਾਂ ਨਾਲ ਗੱਲਬਾਤ ਹੋ ਰਹੀ ਆ। ਸੋ ਇਹ ਉਹਨਾਂ ਦੀ ਮਿਹਨਤ, ਉਹਨਾਂ ਦੀ ਲਗਨ ਆਪਦੇ ਕੰਮ ਨੂੰ ਲੈ ਕੇ ਬਹੁਤ ਵਧੀਆ ਲੱਗਾ ਮੈਨੂੰ ਕੰਮ ਕਰਕੇ। ਐਂਡ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵੀ ਜਿੰਨਾ ਕੁ ਮੈਂ ਕੰਮ ਕਰ ਪਾਈ ਹਾਂ, ਜਿੰਨੀ ਕੁ ਮੈਂ ਥੋੜ੍ਹਾ ਜਿਹਾ ਆਪਦਾ ਹਿੱਸਾ ਦੇ ਸਕੀ ਹਾਂ, ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਭ ਨੂੰ ਉਹ ਵੀ ਪਸੰਦ ਆਊਗਾ, ਅਤੇ ਤੁਸੀਂ ਸਾਰੇ ਪਿਆਰ ਦਿਓਗੇ ਉਸ ਕਰੈਕਟਰ ਨੂੰ ਵੀ। ਸੋ ਬਸ ਇੰਨਾ ਕੀ ਕਹਿਣਾ ਸੀ, ਅਤੇ ਕੱਲ੍ਹ ਨੂੰ ਟ੍ਰੇਲਰ ਆਊਟ ਹੋ ਰਿਹਾ 10 AM, ਸਾਰਿਆਂ ਨੇ ਜ਼ਰੂਰ ਦੇਖਣਾ, ਦੇਖ ਕੇ ਸ਼ੇਅਰ ਕਰਨਾ, ਸ਼ੇਅਰ ਕਰਕੇ ਅਤੇ ਅੱਗੋਂ ਤੁਹਾਨੂੰ ਪਤਾ ਹੀ ਹੈ, ਤੁਸੀਂ ਮੇਰਾ ਨਾ ਮੂੰਹ ਨਿਕਲੀ ਜਾ ਰਿਹਾ ਬਾਰ ਬਾਰ, ਉਹ ਨਾਮ ਨਿਕਲੀ ਜਾ ਰਿਹਾ, ਪਰ ਮੈਂ ਕੱਲ੍ਹ ਤੱਕ ਵੇਟ ਕਰ ਰਹੀ ਹਾਂ। ਪਹਿਲਾਂ ਮੈਂ ਸੋਚਿਆ ਸੀ ਤੁਹਾਨੂੰ ਇੱਦਾਂ ਦੱਸੂੰਗੀ, ਮੈਂ ਕਿਹਾ ਨਹੀਂ 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 ਮੈਂ ਤੁਹਾਡੇ ਤੋਂ ਸੁਣਨਾ, ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ 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 ਦੱਸਣਾ ਮੇਰਾ ਨਾਮ ਲਿਖ ਕੇ। ਅਤੇ ਹੁਣ ਮੈਂ ਥੋੜ੍ਹੇ ਜਿਹੇ ਕਮੈਂਟਸ ਪੜ੍ਹ ਲੈਣੀ, ਕਿਉਂਕਿ ਅੱਜ ਬਹੁਤ ਦੇਰ ਬਾਅਦ ਲਾਈਵ ਆਏ ਹਾਂ, ਕਾਫੀ ਟਾਈਮ ਬਾਅਦ ਅੱਜ ਲਾਈਵ ਹੋਣ ਦਾ ਮੌਕਾ ਮਿਲਿਆ। ਸੋ ਪਹਿਲੇ ਸਭ ਨੂੰ ਪਤਾ ਹੀ ਹੈ ਇੰਸਟਾਗ੍ਰਾਮ 'ਤੇ ਵੀ ਲਾਈਵ ਆ ਐਂਡ ਫੇਸਬੁੱਕ 'ਤੇ ਵੀ ਲਾਈਵ ਆ। ਬੈਸਟ ਵਿਸ਼ਿਜ਼ ਫਰੋਮ ਮਾਈ ਸਾਈਡ ਫੋਰ ਐਵਰ ਫੋਰ ਯੂ, ਥੈਂਕ ਯੂ। ਗੁਰਪ੍ਰੀਤ ਸਿੰਘ ਜੀ, ਮੋਸਟ ਪ੍ਰਾਈਸਲੈਸ ਥਿੰਗ ਯੂ ਹੈਵ, ਯੂ ਆਰ ਸਵੀਟ, ਡਾਊਨ ਟੂ ਅਰਥ ਨੇਚਰ, ਇਟ ਮੇਕਸ ਯੂ ਮੋਰ ਬਿਊਟੀਫੁਲ, ਥੈਂਕ ਯੂ ਵੈਰੀ ਮੱਚ ਜੀ। ਗੁਰਪ੍ਰੀਤ ਸਿੰਘ ਜੀ ਵੀਰੇ ਥੈਂਕ ਯੂ। ਗੁਰਵੀਰ ਬੈਨੀਪਾਲ, ਵੈਰੀ ਨਾਈਸ ਸਿਸਟਰ, ਵੇਟਿੰਗ ਫੋਰ ਯੂਰ ਫਿਲਮ, ਥੈਂਕ ਯੂ ਵੈਰੀ ਮੱਚ ਜੀ। ਗੌਰਵ ਠਾਕੁਰ, ਰਿਕ ਢੀਂਡਸਾ, ਥੈਂਕ ਯੂ ਸੋ ਮੱਚ ਰਿਕ ਢੀਂਡਸਾ, ਗਿਲ ਰਮੀ, ਗੌਰਵ ਠਾਕੁਰ, ਸਮਾਰਟ, ਸੰਜੂ, ਨਰਿੰਦਰ, ਮਨੂ ਮਹਿਰਾ, ਬੰਟੀ ਠਕਰਾਲ, ਜੌਨ ਮੈਕ ਟੈਵਿਸ਼, ਚੇਤਨ ਸ਼ਰਮਾ, ਨੇਚਰ ਵਾਈਜ਼ ਬਹੁਤ ਅੱਛੇ ਹੋ, ਥੈਂਕ ਯੂ ਵੈਰੀ ਮੱਚ। ਮਹਿਕਦੀਪ ਬਾਵਾ, ਜ਼ਰੂਰ, ਕੁਲਦੀਪ ਸਮਾਨਾ ਵਾਲਾ, ਟਵਿੰਕਲ ਕੁਮਾਰ, ਸੋ ਸਾਰਿਆਂ ਦਾ ਬਹੁਤ ਸਾਰਾ ਥੈਂਕਸ। ਦੀਪਕ ਸਿੰਘ, ਆਹਿਲ, ਰਾਹੁਲ, ਹਰਦੀਪ ਸਿੰਘ, ਮਹਿੰਦਰ, ਕਮੈਂਟਸ ਇੰਨੇ ਜ਼ਿਆਦਾ, ਔਰ ਕਹਿੰਦੇ ਤੁਸੀਂ ਇੱਧਰ ਕਿਉਂ ਨਹੀਂ ਦੇਖ ਰਹੇ, ਮੈਨੂੰ ਸਮਝ ਨਹੀਂ ਆ ਰਹੀ। ਹਾਂ, ਉਹ ਐਕਚੁਅਲੀ ਦੋ ਕੈਮਰਾਜ਼ ਨੇ, ਫੇਸਬੁੱਕ 'ਤੇ ਵੀ ਆ ਔਰ ਇੰਸਟਾਗ੍ਰਾਮ 'ਤੇ ਵੀ ਆ, ਅਤੇ ਇਸ ਕਰਕੇ ਥੋੜ੍ਹਾ ਜਿਹਾ ਉਹ ਫਿਰ ਕਦੀ ਇੱਧਰ ਦੇਖਦੇ ਕਦੀ ਇੱਧਰ ਦੇਖਦੇ, ਉਹ ਕਨੈਕਸ਼ਨ ਥੋੜ੍ਹਾ ਟੁੱਟ ਜਾਂਦਾ। ਸੋ ਸਾਰਿਆਂ ਦੇ ਬਹੁਤ ਸਾਰਾ ਥੈਂਕਸ, ਜਿੰਨੇ ਵੀ ਤੁਸੀਂ ਸਾਰੇ ਆ ਰਹੇ ਹੋ ਨਾਲ ਦੀ ਨਾਲ। ਓਕੇ, ਵਿਨੀਤ, ਬੈਸਟ ਆਫ ਲੱਕ, ਬਹੁਤ ਵਧੀਆ ਪਰਫੋਰਮੈਂਸ ਹੋਣੇ ਤੁਹਾਡੀ ਉਹਦੇ 'ਚ ਵੀ, ਥੈਂਕ ਯੂ ਜੀ। ਚੰਨ ਸਿੰਘ, ਮੈਨੀ ਮੈਨੀ ਕੰਗ੍ਰੈਚੁਲੇਸ਼ਨਸ ਫੋਰ ਯੂਰ ਮੂਵੀ, ਥੈਂਕ ਯੂ ਵੈਰੀ ਮੱਚ। ਰਿਤਿਕ ਰਾਜਪੂਤ, ਬੈਸਟ ਵਿਸ਼ਿਜ਼ ਆਫ ਸੁਨੰਦਾ ਸ਼ਰਮਾ ਮੈਮ, ਥੈਂਕ ਯੂ। ਮਨਵਿੰਦਰ ਸਿੰਘ ਜੀ, ਬੈਸਟ, ਥੈਂਕ ਯੂ ਵੈਰੀ ਮੱਚ।
सरोज शर्मा, ऑल द बेस्ट फॉर मूवी, थैंक यू वेरी मच. शान अजल, सौरभ शर्मा, कमल, नवीन तोमर, गुरप्रीत गुरू. सो सारें दे जिन्हें भी तुसी लाइव आ रहे हो, ज्वाइन कर रहे हो, सारे दे बहुत सारे थैंक्स कर दिया इंस्टाग्राम ते भी. एंड लाइव ते थोड़ा जा औखा लगता ना, इधर भी देखना, उधर भी देखना, इधर भी सारे दी गल नूं देखना, इधर भी, इधर पुअर कनैक्शन सीगा, ठीक हो गया. यस, तो इधर हुण कनैक्शन ठीक हो गया. ते सो अगेन थैंक यू वेरी मच जी, सारे दा, सारी टीम दा और थोड़ा सारे दा. मैं सब दा थैंक्स कर दी इस गलों. और एक गल होर, जिन्हें भी पर्दे दे पिछे काम करने वाले होंगे उन्हों का बहुत सारा थैंक्स, जिन्ना करके जिहड़े इन्नी मेहनत करवाउंदे, जिन्ना करके असीं इत्थों तक पहुँचते हैं, उन्हों का सारे दा बहुत सारा थैंक्स. और एक कमेंट थोड़ा जहा मैनू पढ़ना पैना. ओके, दिग्विजय ठकराल, मैं पढ़ लिया, थैंक यू वेरी मच. सो सारे दा जी, शान अजल, थैंक यू. एंड चलो ठीक है जी, इंस्टाग्राम एंड फेसबुक, थैंक यू वेरी मच. कल नू भुलना नहीं, उठदिया ही 10 बजे, जिन्ने बजे मतलब तुसी 10 बजे तक कौन उठता, मैं ही थोड़ी उठती हूँ, सारे सारे मतलब टाइम सिर उठ जाते हो गए. 10 बजे उठ के सारे ने कल नू 10 बजे सज्जन सिंह रंगरूट का ट्रेलर देखना. ट्रेलर देख के किवें लग्या तुसी सारे ने जरूर दसना, कॉमेंट्स विच मेरा नाम भी दसना, ते शेयर भी करना उन्हों. एंड थैंक यू वेरी मच, गुड नाइट, बाय बाय, थैंक यू सो मच. ओके, इंस्टाग्राम तो उसी लाइव खत्म करता, मैं इधर फिनिश करिए, बाय बाय, सो जाओ, रोटी खा लियो, कद ना खाओगे सब्जी ना केड़ी ना अपने की बने गोभी. अच्छा ठीक है, हर वेरी मैं लाइव च गोभी आँदी. ओके जी, बाय बाय, थैंक यू सो मच सारे, बाय.